ਸੋ ਅੱਜ ਰਾਹੋਂ ਦੇ ਵਿੱਚ ਰਾਹੋਂ ਦੀ ਮਾਰਕੀਟ ਦੇ ਵੱਲੋਂ ਨਵਾਂ ਸ਼ਹਿਰ ਰੋਡ ਦੇ ਉੱਤੇ ਨੇੜੇ ਦਾਣਾ ਮੰਡੀ ਦੇ ਕੋਲ ਕੁਛ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਛਪੀਲ ਜਿਹੜੀ ਲਗਾਈ ਗਈ ਆ, ਔਰ ਤੁਸੀਂ ਦੇਖ ਸਕਦੇ ਆ ਕਿ ਬਹੁਤ ਸਾਰੇ ਆਉਂਦੇ ਜਾਂਦੇ ਰਾਹਗੀਰ ਇਸ ਜਗ੍ਹਾ ਦੇ ਉੱਤੇ ਰੁਕ ਰਹੇ ਆ, ਉਹ ਠੰਡੇ ਮਿੱਠੇ ਪਾਣੀ ਜਿਹੜੀ ਛਪੀਲ ਨੂੰ ਛੱਕ ਰਹੇ ਆ। ਇਹ ਨੌਜਵਾਨਾਂ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਆ ਕਿ ਜਿਹੜਾ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਇਹਨਾਂ ਨੌਜਵਾਨਾਂ ਨੇ ਉਪਰਾਲਾ ਕੀਤਾ ਠੰਡੇ ਮਿੱਠੇ ਜਲ ਦਾ, ਔਰ ਸਾਨੂੰ ਸਭ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗਰਮੀ ਨੂੰ ਵਾਧਾ ਦੇਖ ਕੇ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਆਓ ਅਸੀਂ ਇਸ ਛਪੀਲ ਦੇ ਜਿਹੜੇ ਸੇਵਾਦਾਰ ਆ, ਮੁੱਖ ਚੇਅਰਮੈਨ ਆ, ਉਹਨਾਂ ਦੇ ਕੋਲੋਂ ਜਾਣਾਂਗੇ ਕਿ ਇਸ ਛਪੀਲ ਦੇ ਵਿੱਚ ਕਿਹੜੇ ਕਿਹੜੇ ਨੌਜਵਾਨਾਂ ਨੇ, ਕਮੇਟੀ ਨੇ ਹਿੱਸਾ ਪਾਇਆ। ਆਓ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ। ਹਾਂਜੀ ਭਾਅ ਜੀ, ਜਿਹੜੀ ਭਾਅ ਜੀ ਇਹ ਛਪੀਲ ਲਗਾਈ ਗਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਨੌਜਵਾਨਾਂ ਦਾ ਹਿੱਸਾ ਆ? ਸਾਰੇ ਸੇਵਾਦਾਰ ਜੀ। ਓਕੇ ਜੀ, ਤੁਸੀਂ ਕੁਛ ਕਹਿਣਾ ਚਾਹੋਗੇ ਆਪਣੇ ਵੱਲੋਂ? ਅਸੀਂ ਕੁਛ ਨਹੀਂ ਕਹਿਣਾ, ਸੇਵਾ ਕਰ ਰਹੇ ਹਾਂ ਜੀ, ਆਉਂਦੇ ਸਾਲ ਹਰੇਕ ਸਾਲ ਇਹ ਇੱਦਾਂ ਹੀ ਚੱਲਦੀ ਰਹੇ। ਸੋ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਜੀ। ਇਹਨਾਂ ਨੇ ਕਿਹਾ ਕਿ ਵਾਹਿਗੁਰੂ ਕਿਰਪਾ ਰੱਖੇ ਔਰ ਜਿਹੜੀਆਂ ਛਪੀਲਾਂ ਇੱਦਾਂ ਹੀ ਹਰ ਸਾਲ ਚੱਲਦੀਆਂ ਰਹਿਣ, ਔਰ ਪਿਆਸਿਆਂ ਨੂੰ ਜਿਹੜਾ ਪਾਣੀ ਪਿਲਾਇਆ ਜਾਵੇ। ਤੁਸੀਂ ਦੇਖ ਰਹੇ ਹਾਂ ਰਾਹੋਂ ਰੋਡ ਦੇ ਉੱਤੇ ਨਵਾਂ ਸ਼ਹਿਰ, ਨਵਾਂ ਸ਼ਹਿਰ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਰਾਹੋਂ ਦੇ ਵਿੱਚ ਛਪੀਲ। ਤਾਂ ਇਹ ਰਿਪੋਰਟ ਤੁਸੀਂ ਦੁਆਬਾ ਯੂਟਿਊਬ ਚੈਨਲ ਦੇ ਉੱਤੇ ਜਿਹੜਾ ਦੇਖ ਰਹੇ ਹੋ, ਔਰ ਇਹਨਾਂ ਨੌਜਵਾਨਾਂ ਦਾ ਵੀ ਧੰਨਵਾਦ। ਪੱਤਰਕਾਰ ਜਸਵਿੰਦਰ ਜੱਸੀ ਰਾਹੋਂ ਦੀ ਰਿਪੋਰਟ। ਅਪੀਲ ਦੇ ਦੌਰਾਨ ਦੇਖ ਰਹੇ ਹਾਂ ਕਿ ਭੈਣਾਂ ਇਸ ਵਕਤ ਜਿਹੜੀਆਂ ਸੇਵਾ ਕਰ ਰਹੀਆਂ ਆ, ਜੂਠੇ ਬਰਤਨਾਂ ਨੂੰ ਮਾਂਜ ਰਹੀਆਂ ਆ। ਇਹਨਾਂ ਭੈਣਾਂ ਦੀ ਇੱਕ ਬਹੁਤ ਹੀ ਵੱਡੀ ਸੇਵਾ ਆ, ਆਪਣੀ ਸੇਵਾ ਨਿਭਾ ਰਹੇ ਆ। ਔਰ ਨੌਜਵਾਨਾਂ ਦਾ ਕਹਿਣਾ ਕਿ ਹਰ ਸਾਲ ਰੱਬ ਇੱਦੇ ਕਿਰਪਾ ਕਰੇ ਕਿ ਛਪੀਲਾਂ ਇਸ ਜਗ੍ਹਾ ਦੇ ਉੱਤੇ ਚੱਲਦੀਆਂ ਰਹਿਣ, ਔਰ ਜਿਹੜੇ ਲੋਕ ਆ ਪਾਣੀ ਨੂੰ ਪੀਂਦੇ ਰਹਿਣ। ਔਰ ਅਸੀਂ ਆਪਣੇ ਚੈਨਲ ਦੇ ਵੱਲੋਂ, ਦੁਆਬਾ ਯੂਟਿਊਬ ਚੈਨਲ ਦੇ ਵੱਲੋਂ ਇਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਵਧੀਆ ਉਪਰਾਲਾ ਕੀਤਾ। ਧੰਨਵਾਦ ਜੀ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ। 9876369499 'ਤੇ ਫੋਨ ਕਰੋ। 9876369499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ, ਸੰਪਰਕ 9876369499।